ਤੱਕ ਲੰਮਾ ਚੌੜਾ ਸਾਹਿਬ ਅਨੇ ਵਰਗਾ ਹੈਗਾ। ਅੱਛਾ ਜੀ ਲਿਖੋ ਬਿਸਮਿਲਲਾ ਕਰਕੇ। ਤਰੀਕ ਕੀ ਅੱਜ ਬੁਲਾ ਜੀ? ਕਾਇ ਤਰੀਕ ਕੀ ਹੈ ਜੀ? 11 12 12 12 12। ਪਹਿਲਾਂ ਆਮਦਨ ਲਿਖੋ ਜੀ ਮੈਂ ਤਾਂ ਪਤਾ ਨਹੀਂ ਗੱਡੀ ਕਿੰਨੇ ਗਈ ਉਧਰਲੀ ਦਾ ਨਹੀਂ ਪਤਾ ਉਧਰਲੀ ਦਾ ਨਹੀਂ ਠੀਕ ਹੋ ਗਿਆ ਇਧਰੋਂ ਤੇ ਤੋਂ ਪਿੱਛੋਂ ਪੈਸੇ ਕਿੰਨੇ ਗਏ ਸੀ? 25,000 ਰੁਪਈਆ ਹੈ ਕਿਤੇ 5,000 ਇੱਕ 25,000 ਨਹੀਂ 15,000 ਇੱਕ 10,000 ਇੱਕ ਤੇ 5,000 ਰੁਪਈਆ
अग सेक रहा जी ठंड लगी है जो अग बाल के बैठे इतने ही बैठे बेचारा इन बहुत ठंड लग रही असं तंग नहीं किया कम रहा बेचारा ने बाबा उठ के बेंच से हो थले ना बह इत बह किराया की लगा सी 2700 सिर्फ 31 चलो अल्लाह पाक चंगे करेगा तो कोई नहीं रब दे जब तो मैं मुड़ के बना ले कोई है पाकिस्तान ही अलग गया कोई नहीं है मैं तेरे मेरे तो खर्चा तो कंपनी ने पल्ले होंगे अलग से होंगे पता नहीं कि सी आसम ना भी करना मुड़ गया आसम कोई नहीं कोई गलबात करता होनी है कोई नहीं चलो बाकी अल्लाह के घर उम्मीद रख अल्लाह चंगे करेगा साथ में दुआ है बाकी ओद नाम की है नमाज वगैरह किधर जुमा वगैरह कोई नेड़े मस्जिद या किधर और जाना पड़ता इस टाइम जिते तू तेरी ड्यूटी नहीं ड्यूटी तेरी किधर और टाइम पास करने बैठे हो जिते 83 बनदा कतियां दे हिसाब नाल जिते वैसे जाना असल च ते शायद जेड़ा जिते काम शम करना ते बाकी ओद नाम की 2700 किराया लगाना 2700 पता लगा मैं क्या पता नहीं कितनी है जरा करा को नाल 31 इधर देखी जाना उन्हें भी जाना बार बार नहीं कैलकुलेटर मेरे पास ठीक है मिला उन्होंने1400 रुपया का बिल अच्छा जी अगे लिखो हम कट्ठे लिखने की टायर के बखरे बखरे लिखने सारे बखरे बखरे इतने दिते 700 रुपया चराचा पंप से टायर लेने टायर पंचर से फिर 700 रुपये दिते जंग दे अगू जरा टायर पंचर लवाया फिर 300 रुपये दिते मशीन नाल टायर खुलाया तो अपनी की आवाज़ चेक कराई अच्छा जी फिर 600 रुपया हम दे टायर का ये
ਜਿਸ ਟਾਈਮ ਦੀ ਅੱਗ ਬਲੀ ਹੈ ਉਸ ਟਾਈਮ ਦਾ ਇਹ ਵੀ ਹੁਸ਼ਿਆਰ ਹੋ ਗਿਆ। ਹਾਂਜੀ ਸਾਡੇ 500 ਦਾ ਚਲਾਨ ਹੈ ਜੀ। ਇਹ ਕਿੰਨੇ ਕਿੰਨੇ ਦਾ ਚਲਾਨ ਆ? 500 ਦਾ 50 ਰੁਪਏ ਨਾਲ ਤਰਾਵੀ ਲੈਂਦੇ ਨੇ। ਅੱਛਾ ਅੱਛਾ, 1 ਮਿੰਟ ਉਹਨੇ 3 ਰੁਪਏ ਚਲਾਨ ਜਿੰਨੇ ਹੈਗੇ ਨਾ ਜਮਾ ਕਰਕੇ ਦੱਸ ਕਿੰਨੇ ਆ ਦੂਆ ਹੈ। ਠੀਕ ਆ ਤੀਸਰਾ ਹੀ 1660 ਰੁਪਏ ਹੈ ਜੀ। ਇਹ ਚਲਾਨ ਹੈ ਕੰਡੇ ਦਾ 1660। ਇਹ ਕਿੰਨੇ ਦਾ? ਇਹ ਵੀ 550 ਦੇ ਜੀ। ਇਹ ਟੋਟਲ ਬਣ ਗਿਆ 2200 ਰੁਪਏ। ਇਹ ਕਿੱਦਣ ਹੋਇਆ ਸੀ? ਇਹ ਆਂਦੇ ਆ ਬਾਕੀ ਹੋਏ ਸੀ ਵੇਲੀ ਬਾਦਰ ਸ਼ਾਹ ਕੰਡੇ ਤੇ ਬੈਠੇ ਸਨ ਉਹਨਾਂ ਨੇ। ਨਹੀਂ ਇਹ ਤੇ ਤਰੀਕ ਪਾਈ ਹੋਈ ਆ ਉਹਨੇ। ਓਏ ਕੰਡੇ ਦੀ ਤਰੀਕ ਹੈ, ਉਹਨਾਂ ਦਾ ਚਲਾਨ ਸੀਰੀਅਲ ਨੰਬਰ ਹੈ ਜਿਸ ਤੇ ਪੈਸੇ ਭਰੇ ਨੇ। ਅੱਛਾ ਅੱਛਾ ਜੀ, ਇਹ ਲਿਖੋ 2200 ਰੁਪਏ। 2200 ਚਲਾਨਾਂ ਦਾ ਹੀ ਹੋ ਗਿਆ। ਹਾਂਜੀ ਹੁਣ ਚਲਾਨ ਸਰ ਵੇਖੀ ਬੈਠਾ ਜੇ ਪੁੱਛਦਾ 2200 ਹੋ ਗਿਆ। ਅੱਛਾ ਜੀ 500 ਰੁਪਈਆ ਬੀਨ ਬੀਨ ਬਾਈ ਜੀ ਸਿੰਗਲ ਪੈਂਟ ਵਾਲੀ ਪਾਈ ਸੀ ਉਹੀ ਉਹਦੇ ਕੋਲ ਪਈ ਸੀ ਪਈ ਸੀ 1300 ਰੁਪਏ ਦੀ ਆਪਣੀ ਬੀਨ ਚੜ ਗਈ ਸੀ ਅੰਦਰ ਪਈ ਆ। ਅੱਛਾ ਜੀ ਹੁਣ ਪਹਿਲੇ ਅਗਲਾ ਹਿਸਾਬ ਆਪਣਾ ਦੇਖ ਲਈ ਆ। ਕਾਬਲਾ ਤੇ ਉਧਰੋਂ ਲਿਆਂਦਾ ਸੀ ਸਿਲੀਕੋਨ 150 7000 ਲਿਖ ਲਿਆ। ਫਿਰ ਪਿੱਛੇ ਹੋ ਗੋ ਵੀਡੀਓ ਨਹੀਂ ਆ ਰਹੀ ਉਹ ਮੇਨ ਬੰਦਾ ਭਾਈ ਫਾਰਿਓ ਦਾ ਬੰਦਾ ਅਕਾਊਂਟ ਨਹੀਂ ਖੋਲਿਆ ਸਾਰੀ ਯੂਟਿਊਬ ਅਕਾਊਂਟ ਖੋਲਣ ਵਾਲਾ ਚੈਨਲ ਮਜ਼ਾਕ ਬਾਰਾਂ ਹਜ਼ਾਰ ਦਾ ਪਾਇਆ ਸ਼ੋਰਕੋਟੋਂ ਇਹ 5000 ਦਾ ਪਵਾਇਆ ਇੱਥੇ ਜਿਸ ਵੇਲੇ ਬਾਲ ਲਾ ਕੇ ਨਿਕਲੇ ਇਹ 5000 ਦਾ ਪਵਾਇਆ ਸਹੀ ਬਾਲ ਨੂੰ ਅਤੇ ਉਹ ਮੀਂਹ ਕੋਲ ਨਹੀਂ ਪਵਾਇਆ ਮੀਂਹ ਕੋਲ ਹੋਲੇ ਪੈਸੇ ਹੀ ਕੋਲ ਕੋਈ ਨਹੀਂ ਸੀ ਉਹਨੂੰ ਕਿਹਾ ਉਹਨੇ ਕਿਹਾ ਤੁਸੀਂ ਜਾਓ ਜੀ ਮੈਂ ਦੇਖ ਦਿਆਂਗਾ ਤੁਸੀਂ ਜਾਓ ਜੀ ਕਿਹੜਾ ਮੁਕਦਾ ਸੀ ਕਿੰਨੇ ਦਾ ਬਣਿਆ ਇਹ 22000 ਸਾਰਾ ਆਹ ਥੋੜ੍ਹੇ ਜਿਹੇ ਆ ਗਏ ਤੁਹਾਡੇ ਅੱਛਾ ਅੱਛਾ ਚਲੋ ਜੀ ਸਾਡੀ ਤਾਂ ਦੁਆ ਬਾਕੀ ਅੱਲਾ ਬਾਕੀ ਨਹੀਂ ਕਰੇਗਾ ਹੋਰ ਕੋਈ ਨਵੀਂ ਤਾਜ਼ੀ ਹੋਰ ਕੋਈ ਬਿਲੀ ਸ਼ਰੀ ਵੀ ਬਣਾਇਆ ਕੋਈ ਨਹੀਂ ਬਸ ਐਵੇਂ ਹੀ ਚੁੱਪ ਚੁੱਪ ਹੀ ਅਤੇ ਹੋਰ ਸਾਹਮਣੇ ਨਾ ਵੀ ਹੁੰਦਾ ਰਹਿੰਦਾ ਰਾਬਤਾ ਹੋਰ ਕੋਈ ਨਵੀਂ ਤਾਜ਼ੀ ਹੋਵੇ ਕੋਈ ਪਿੰਡ ਦੇ ਬਾਰੇ ਕੋਈ ਪਤਾ ਲੱਗਾ ਹੋਵੇ ਕੋਈ ਗੱਲਬਾਤ ਅੱਛਾ ਅੱਛਾ ਇਹ ਤਾਂ ਹੈ ਆਸਮ ਨੇ ਫਿਰ ਉਹ ਹੋਰ ਹਿਸਾਬ ਦਾ ਬੰਦਾ ਹੈ ਸ਼ਾਹ ਜਿਹੜਾ ਮੇਨ ਬੰਦਾ ਜੈਂਟ ਸ਼ਾਹ ਦਾ ਸ਼ਾਹ ਨੇ ਜਿੱਦਾਂ ਜੋ ਵੀ ਕਰਨਾ ਹੋਵੇ ਹੋਰ ਮੰਗੇ ਯਾਰ ਬਾਕੀ ਅੱਲਾ ਪਾ ਖੈਰ ਕਰੇ ਹੋਰ ਸੁਣਾ ਦਾ ਵੀ ਤਾਜ਼ੀ ਬੈਲੀ ਬੁਲੀ ਬਣਾਇਆ ਕੋਈ ਨਹੀਂ ਮੇਰੇ ਦਿਲ ਛੇ ਲਾਇਆ ਕੋਈ ਨਹੀਂ ਅੱਜ ਕੱਲ੍ਹ ਕੋਈ ਪਾਕਿਸਤਾਨ ਦੇ ਹੈ ਜੀ ਸਾਰੇ ਸੈਡ ਸੂਡ ਦੇ ਯਾਨੀ ਕੋਈ ਬੰਗਾਲੀ ਜਾਂ ਬਾਹਰ ਦੇ ਵੀ ਹੈ ਦਿੱਲੀ ਵਾਲੀ ਸਾਰੇ ਪਾਕਿਸਤਾਨ ਦੇ ਬੱਚੇ ਆ ਲਓ ਜੀ ਹਿਸਾਬ ਲਿਖਿਆ ਗਿਆ ਸੀ ਹੁਣ ਜ਼ਰਾ ਟੋਟਲ ਮਾਰ ਲਈਏ ਇਹਦਾ ਬਾਬੇ ਹੁਣਾਂ ਦਾ ਹਿਸਾਬ ਮੁਕੰਮਲ ਹੋ ਗਿਆ ਜੀ ਹੁਣ ਅਸੀਂ ਬਸ ਕਰਨ ਲੱਗੇ ਇੱਕ ਵਾਰੀ ਨਹੀਂ ਅਜੇ ਮੁਕੰਮਲ ਨਹੀਂ ਹੈ ਸਪੇਅਰ ਪਾਰਟ